ਧਨਵੰਤਾ ਹੋਇ ਕਰ ਗਰਬਾਵੈ ਤ੍ਰਿਣਸੁਮਾਨ ਕਛ ਸੰਗ ਨ ਜਾਵੈ ਬਹੁ ਲਸ਼ਕਰ ਮਾਨੁਖ ਉਪਰ ਕਰਿਆਸ ਪਲ ਭੀਤਰ ਤਾਂ ਕਾ ਹੋਇ ਬినాਸ ਸਬ ਤੇ ਆਪ ਜਾਣੈ ਬਲਵੰਤ ਕਿਨ ਮੈ ਹੋਇ ਜਾਏ ਪਸਮੰਤ ਕਿਸੇ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਵਾਰੀ ਗੁਰ ਪ੍ਰਸਾਦ ਜਾਂ ਕਾ ਮਟੈ ਅਬਿਮਾਨ ਸੋ ਜਨ ਨਾਨਕ ਦਰਗਾ ਪਰਵਾਨ ਗੁਰ ਪ੍ਰਸਾਦ ਜਾਂ ਕਾ ਮਟੈ ਅਬਿਮਾਨ ਸੋ ਜਨ ਨਾਨਕ ਦਰਗਾ ਪਰਵਾਨ ਮੇਰਾ ਦੇ ਸਾਈਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਓ ਜੀ ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਨਿੱਗਾ ਧਿਆਨ ਧਰਿਏ ਅਤੇ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਪਾਵਨ ਪਵਿੱਤਰ ਗੁਰੂ ਫਤਿਹ ਦੇ ਨਾਲ ਸਾਂਝ ਪਾ ਕੇ ਗੁਰੂ ਅਰਜਨ ਸਾਹਿਬ ਜੀ ਦੀ ਸਵਾਰੀ ਸ਼ਿੰਗਾਰੀ ਪਿਆਰੀ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਪਵਿੱਤਰ ਵਿਚਾਰ ਨਾਲ ਚਿੱਤ ਜੋੜੀਏ ਸਾਰੇ ਸਤਕਾਰ ਸਹਿਤ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰਿਓ ਸਤਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਹੈ 12ਵੀਂ ਅਸ਼ਟਪਦੀ ਚੱਲ ਰਹੀ ਹੈ ਅਤੇ 12ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਜਿਹਦੀ ਆਪਾਂ ਵਿਚਾਰ ਕਰਨ ਲੱਗੇ ਆਂ ਜਿਵੇਂ ਕਿ ਪਹਿਲੀ ਪੌੜੀ ਦੇ ਵਿੱਚ ਅਸੀਂ ਇਹ ਵਿਚਾਰ ਕੀਤੀ ਹੈ ਕਿ ਹੰਕਾਰ ਦਾ ਮਾਰਿਆ ਹੋਇਆ ਜਿਹੜਾ ਇਨਸਾਨ ਹੈ ਜਦੋਂ ਉਹ ਕੋਈ ਮੰਦ ਕਰਮ ਕਰਦਾ ਹੈ ਤਾਂ ਉਹਦਾ ਹੀ ਆਪਣਾ ਹੰਕਾਰ ਉਹਨੂੰ ਕਿਸੇ ਤਰ੍ਹਾਂ ਲੈ ਕੇ ਡੁੱਬਦਾ ਹੈ ਏਕ ਬਹੁਤ ਵੱਡੀ ਸਿੱਖਿਆ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਕੋਲ ਪਾਵਰ ਹੈ ਸ਼ਕਤੀ ਹੈ ਤਾਕਤ ਹੈ ਤੇ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦੇ ਨੇ ਤੇ ਮੰਦ ਕਰਮ ਕਰਦੇ ਐ ਗਰੀਬਾਂ ਤੇ ੱਤਕਾ ਕਰਦੇ ਐ ਅਨਿਆ ਕਰਦੇ ਐ ਤੇ ਉਹ ਭੁੱਲ ਜਾਂਦੇ ਨੇ ਕਿ ਸਾਡੀ ਜਿਹੜੀ ਤਾਕਤ ਹੈ ਉਸ ਤੋਂ ਵੱਡੀ ਕੋਈ ਹੋਰ ਤਾਕਤ ਨਹੀਂ ਪਰ ਉਹਨਾਂ ਤੋਂ ਵੀ ਵੱਡੀ ਹੋਰ ਤਾਕਤ ਹੈ ਜੇ ਉਹ ਚਾਵੇ ਤਾਂ ਕੁਝ ਵੀ ਕਰ ਸਕਦਾ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੱਜ ਦੂਸਰੀ ਪੌੜੀ 'ਤੇ ਬਖਸ਼ਿਸ਼ ਕਰਦੇ ਹੋਏ ਕਹਿੰਦੇ ਨੇ ਧਨਵੰਤਾ ਹੋਏ ਕਰ ਗਰਬਾਵੇ ਪੜਿਆ ਤਾਂ ਆਪਾਂ ਬਹੁਤ ਵਾਰੀ ਹੈ ਪਰ ਸਮਝਿਓ ਸਤਗੁਰ ਨੇ ਕੀ ਕਿਹਾ ਧਨਵੰਤਾ ਹੋਏ ਕਰ ਗਰਬਾਵੇ ਜੇਕਰ ਕੋਈ ਇਨਸਾਨ ਬਹੁਤ ਧਨ ਵਾਲਾ ਹੋ ਕੇ ਗਰਬਾਵੇ ਗਰਭ ਕਰੇ ਹੰਕਾਰ ਕਰੇ ਪਿੱਤਨ ਬਹੁਤ ਜ਼ਿਆਦਾ ਆ ਗਿਆ ਹੁਣ ਵੀ ਸਾਂਭਿਆ ਨਹੀਂ ਜਾ ਰਿਹਾ ਇੰਨਾ ਕੋ ਤਨ ਆ ਗਿਆ ਮਾਇਆ ਇਨੀ ਕਾ ਗਈ ਕਿ ਅੰਬਾਰ ਲੱਗ ਗਏ ਜਦੋਂ ਗਰੀਬ ਸੀ ਉਦੋਂ ਤਾਂ ਉੱਠਣਾ ਬੈਠਣਾ ਚੱਲਣਾ ਬੋਲਣਾ ਇਹ ਕੁਝ ਹੋਰ ਤਰ੍ਹਾਂ ਦਾ ਸੀ ਪਰ ਬਈ ਹੁਣ ਤਾਂ ਅਮੀਰ ਹੋ ਗਏ ਬਹੁਤ ਤਨ ਆ ਗਿਆ ਹੁਣ ਕੋ ਜੋਰ ਹੋ ਗਿਆ ਜਿਵੇਂ ਬਹੁਤ ਚਿਰ ਪਹਿਲਾਂ ਇੱਕ ਵੀਡੀਓ 'ਚ ਮੈਂ ਇੱਕ ਸਾਖੀ ਸੁਣਾਈ ਸੀ ਗੁਰੂ ਅਮਰਦਾਸ ਸਾਹਿਬ ਦੀ ਉਹ ਮੈਂ ਹਿੰਟ ਦੇ ਦਿੰਨਾ ਜਦੋਂ ਗੁਰੂ ਅਮਰਦਾਸ ਸਾਹਿਬ ਦੇ ਕੋਲ ਇੱਕ ਗਰੀਬ ਜਿਹਾ ਬੰਦਾ ਮੰਗਤਾ ਬਣ ਕੇ ਆਇਆ ਸੀ ਤੇ ਸਤਿਗੁਰੂ ਜੀ ਨੇ ਉਹਨੂੰ ਸੁਝਾ ਕੇ ਭੇਜਿਆ ਵੀ ਜਾ ਦਿੱਲੀ ਜਾ ਕੇ ਵਪਾਰ ਕਰ ਲਾ ਦਿੱਲੀ ਜਾ ਕੇ ਵਪਾਰ ਕਰਨ ਲੱਗ ਪਿਆ ਉਹ ਗੁਰੂ ਨੇ ਰਹਿਮਤ ਕਰਕੇ ਉਹਨੂੰ ਸ਼ਾਹ ਬਣਾਇਆ ਇੱਕ ਸਿੱਖ ਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਉਹਦੇ ਕੋਲੋਂ ਭੇਜਿਆ ਤੇ ਉਤੇ ਚਿੱਠੀ 'ਚ ਲੇਕ ਕੇ ਦਿੱਤਾ ਵੀ ਸਿੱਖ ਦੀ ਲੋੜ ਅਨਸਾਰ ਗੁਰੂ ਦੇ ਖਾਤੇ 'ਚੋਂ ਮਦਦ ਕਰ ਸਿੱਖ ਦਾ ਸਬੰਧ ਜੂ ਕੱਢਦਾ ਤੇ ਉਹਨੇ ਅੱਗੋਂ ਮਜਾਕੀਆ ਲੈ ਜੀ ਚ ਗਿਆ ਇੱਥੇ ਗੁਰੂ ਦਾ ਕੋਈ ਖਾਤਾ ਨਹੀਂ ਚੱਲਦਾ ਬੇਈਮਾਨ ਹੋ ਗਿਆ ਤੇ ਸਭ ਉਜੜ ਪੁੱਜ ਲ ਗਿਆ ਫਿਰ ਗੁਰੂ ਦੇ ਕੋਲ ਆ ਗਿਆ ਗੁਰੂ ਅਮਰਦਾਸ ਸਾਹਿਬ ਨੇ ਦੁਬਾਰਾ ਉਹਨੂੰ ਇਹ ਗੱਲ ਸਮਝਾਈ ਸੀ ਕਿ ਜਦੋਂ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ ਧਨ ਦੌਲਤ ਦਵੇ ਤੇ ਪਿਆਰਿਆ ਹੰਕਾਰ ਨਹੀਂ ਕਰੀਦਾ ਜਿਵੇਂ ਉਹ ਦਿੰਦਾ ਉਦਾਂ ਉਹ ਵਾਪਸ ਵੀ ਲੈ ਲੈਂਦਾ ਤੇ ਸਮੇ ਦਾ ਕੋਈ ਪਤਾ ਨਹੀਂ ਕਦੋਂ ਲੱਖੋਂ ਕੱਖ ਤੇ ਕਦੋਂ ਕੱਖੋਂ ਲੱਖ ਇਦਾਂ ਹੋ ਜਾਈਦਾ ਗੁਰਬਾਣੀ ਬਾਕੀ ਪੜ ਕੇ ਦੇਖ ਲੋ ਪੂਰੀ ਪਾਵਨ ਬਾਣੀ ਦੇ ਵਿੱਚ ਜਦੋਂ ਮਾਇਆ ਦੀ ਗੱਲ ਆਉਂਦੀ ਸਤਿਗੁਰੂ ਕਿ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬਉ ਰੋਲ ਕ ਝੋਲਾ ਜਦੋਂ ਬੰਦੇ ਦੇ ਕੋਲ ਮਾਇਆ ਆ ਜਾਏ ਦੌਲਤ ਆ ਜਾਏ ਮਾਇਆ ਨੇ ਉਹਦੀ ਐਸੀ ਮਤ ਮਾਰੀ ਜਿਹੜਾ ਬੰਦਾ ਨਾਮ ਤੋਂ ਵੀ ਹੁਣਾ ਸਖਣਾ ਹੈ ਕਿ ਉਹਨੂੰ ਕੁਝ ਦਿਖਦਾ ਹੀ ਨਹੀਂ ਪੈਸੇ ਤੋਂ ਇਲਾਵਾ ਤ੍ਰਿਸ਼ਨਾ ਬਰਲੇ ਕੀ ਹੀ ਬੁੱਝੀ ਹੈ ਕੋਟ ਜੋਰੇ ਲਾ ਕਰੋਰੇ ਮਨ ਨਾ ਹੋ ਰਿਹਾ ਪਰੇ ਪਰੇ ਹੀ ਕੋ ਲੁੱਝੀ ਹੈ ਜਿੰਨਾ ਮਰਜੀ ਕਮਾ ਲਓ ਬੰਦਾ ਕਦੇ ਰਾਜਤ ਪਰ ਧਨਵਾਨ ਜਿਹੜਾ ਕੋਈ ਵੀ ਇਨਸਾਨ ਹੈ ਧਨ ਤਾਂ ਇੱਥੇ ਹੀ ਰਹਿ ਜਾਂਦਾ ਭਲਿਓ ਦੁਨੀਆ ਦੀ ਜ਼ਗੀਰ ਹੈ ਦੁਨੀਆ ਨੇ ਰੱਖ ਲੈਣੀ ਆਪਾਂ ਤਾਂ ਫਿਰ ਖਾਲੀ ਤੇ ਖਾਲੀ ਦੁਨੀਆ ਤੋਂ ਚਲੇ ਜਾਣਾ ਸੋ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਕਿਸੇ ਇਨਸਾਨ ਕੋਲ ਬਹੁਤ ਜ਼ਿਆਦਾ ਧਨ ਹੋ ਜਾਵੇ ਤੇ ਧਨ ਪਾ ਕੇ ਦੌਲਤ ਪਾ ਕੇ ਉਹ ਇਨਸਾਨ ਫੁੱਲਿਆ ਨਾ ਸਮਾਵੇ ਹੰਕਾਰੀ ਹੋ ਜਾਏ ਆ ਤਾਂ ਛੋਟੀ ਜੀ ਗੱਲ ਆਪਾਂ ਦੇਖਦੇ ਹਾਂ ਪਿੰਨਾ ਸ਼ਹਿਰਾਂ ਆਪਣੇ ਆਸੇ ਪਾਸੇ ਕਿ ਪਹਿਲਾਂ ਗਰੀਬ ਹੋਵੇ ਤਾਂ ਫਿਰ ਨਾਰਮਲ ਗੱਲ ਹੁੰਦੀ ਜੋ ਅਮੀਰ ਹੋ ਗਿਆ ਫਿਰ ਉਹਦਾ ਤੇ ਹਵਾ ਹੀ ਹੋਰ ਹੋ ਜਾਂਦੀ ਉਹ ਕਿਤੇ ਪੁੱਛਦਾ ਉਹ ਤਾਂ ਬੰਦੇ ਨੂੰ ਬੰਦਾ ਨਹੀਂ ਜਾਣਦਾ ਉਹ ਕਹਿੰਦਾ ਵੀ ਹੁਣ ਤੁਸੀਂ ਕੌਣ ਤੇ ਮੈਂ ਕੌਣ ਅਗਲੀ ਗੱਲ ਤ੍ਰੇਣ ਸਮਾਨ ਕਸ਼ ਸੰਗਣਾ ਜਾਵੇ ਪਰ ਇਸ ਗੱਲ ਨੂੰ ਉਹ ਭੁੱਲ ਜਾਂਦਾ ਕਿ ਜਦੋਂ ਬੰਦਾ ਮਰਦਾ ਹੈ ਜਦੋਂ ਉਹਦੀ ਮੌਤ ਹੁੰਦੀ ਹੈ ਤਾਂ ਉਹਦੇ ਨਾਲ ਇੱਕ ਤੀਲਾ ਵੀ ਨਹੀਂ ਜਾਂਦਾ ਤ੍ਰਿਣ ਸਮਾਨ ਤੀਲਾ ਮਾਤਰ ਵੀ ਕੋਈ ਚੀਜ਼ ਨਾਲ ਨਹੀਂ ਜਾਂਦੀ ਤੀਲੇ ਜਿੰਨੀ ਚੀਜ਼ ਵੀ ਦੁਨੀ ਚੰਦ ਨੂੰ ਸਤਿਗੁਰ ਨੇ ਹੀ ਕਿਹਾ ਸੀ ਵੀ ਸੂਈ ਲੈ ਜਾ ਲੈ ਲਾਂਗੇ ਤੇ ਤੂੰ ਫਿਰ ਉਹਦੀ ਗੱਲ ਪੱਲੇ ਪਈ ਵੀ ਸੂਈ ਤਾਂ ਨਾਲ ਨਹੀਂ ਜਾਣੀ ਤੇ ਸਤਿਗੁਰ ਨੇ ਕਿਹਾ ਜਿਹੜਾ ਐਨਾ ਕਮਾਇਆ ਲੋਕਾਂ ਨੂੰ ਲੁੱਟ ਲੁੱਟ ਕੇ ਲੋਟ ਲੁੱਟ ਕੇ ਬੇਈਮਾਨੀਆ ਕਰਕੇ ਘਰ ਭਰੇ ਨਾਲ ਜਾਏਗਾ ਜਿਨ੍ਹਾਂ ਦਾ ਖੋਇਆ ਉਹਨਾਂ ਦਾ ਵੰਡ ਦੇ ਜਿਨ੍ਹਾਂ ਦਾ ਖੋਇਆ ਉਹਨਾਂ ਦਾ ਵੰਡ ਦੇ ਕੋ ਨਾਲ ਜਾਣਾ ਨਹੀਂ ਨਾ ਤੇ ਐਵੇਂ ਕਾਗਰਾ ਭਰੀ ਜਾ ਦੇਖੋ ਕਿਰਤ ਕਮਾਈ ਕਰੋ ਮਾੜੀ ਗੱਲ ਨਹੀਂ ਪਰ ਆਪਣੀ ਕਿਰਤ ਕਮਾਈ ਚ ਦੂਜਿਆਂ ਦਾ ਵੀ ਭਲਾ ਕਰੋ ਤੇ ਬੇਈਮਾਨੀ ਕਦੇ ਕਦੇ ਨਾ ਕਰੋ ਬੇਈਮਾਨੀ ਕਰ ਕਰਕੇ ਲੋਕਾਂ ਨੂੰ ਲੁੱਟੋ ਨਾ ਨਾਲ ਲੈ ਕੇ ਕੋਈ ਨਹੀਂ ਜਾਂਦਾ ਸਤਗੁਰ ਕਹਿੰਦੇ ਐਨਾ ਧੰਨવાન ਹੋ ਕੇ ਮਾਣ ਕਰੇ ਹੰਕਾਰ ਕਰੇ ਮਰਨ ਤੋਂ ਬਾਅਦ ਤਾਂ ਇੱਕ ਤੀਲੇ ਜਿਨੀ ਚੀਜ਼ ਵੀ ਨਾਲ ਨਹੀਂ ਜਾਣੀ ਉਹ ਤਾਂ ਇੱਥੇ ਦੀ ਇੱਥੇ ਰਹਿ ਜਾਣੀ ਬਾਬਾ ਕਬੀਰ ਸਾਹਿਬ ਨੂੰ ਪੜ੍ਹ ਕੇ ਵੇਖ ਲਓ ਬਾਬਾ ਕਬੀਰ ਸਾਹਿਬ ਨੇ ਇੱਕ ਸ਼ਬਦ ਵਿੱਚ ਲਿਖਿਆ ਕਹਿੰਦੇ بڑے بڑے ਵੱਡੇ ਲੋਕ ਇਸ ਦੁਨੀਆ ਤੇ ਆਏ ਕਾਰੂ ਵਰਗੇ ਪਰ ਸਭ ਖਾਲੀ ਦੇ ਖਾਲੀ ਹੱਥ ਚੱਲ ਗਏ ਹੱਥ ਛਾੜ ਕੇ ਜਾਣਾ ਪੈਂਦਾ ਇੱਥੇ ਨਾ ਕੋਈ ਇੱਥੇ ਇਥੇ ਰਾਜਾ ਰਹਿੰਦਾ ਤੇ ਨਾ ਕੋਈ ਇੱਥੇ ਰੰਗ ਰਿੰਦਾ ਖਾਲੀ ਆਏ ਸੀ ਖਾਲੀ ਨੇ ਚਲੇ ਜਾਣਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਕਹਿੰਦਾ ਮਤਲਬ ਇਹ ਹੈ ਕਿ ਇਸ ਲਈ ਕਿਸੇ ਪ੍ਰਕਾਰ ਦਾ ਹੰਕਾਰ ਨਹੀਂ ਕਰਨਾ ਤੇ ਧੰਨ ਦੌਲ ਦਾ ਹੰਕਾਰ ਤਾਂ ਬਿਲਕੁਲ ਹੀ ਨਹੀਂ ਨਿਨੇ ਕਰਨਾ ਆਪਾਂ ਬਿਲਕੁਲ ਵੀ ਨਹੀਂ ਕਰਨਾ ਹਸਤ ਰਥ ਅਸਵ ਪਵਨ ਤੇਜ ਧਣੀ ਭੂਮਣ ਚਤੁਰੰਗਾ ਆ ਸਾਰੀਆਂ ਚੀਜ਼ਾਂ ਜਿਹੜੀਆਂ ਗਣਾਈਆਂ ਸਤਿਗੁਰ ਨੇ ਸੰਗਣਾ ਚਾਲਿਓ ਇਨ ਮੈਂ ਕਸ਼ੂਵੈ ਊਠ ਸਦਾਇਓ ਨਾਂਗਾ ਨੰਗਾ ਹੀ ਜਾਣਾ ਪੈਣਾ ਜਿੰਨਾ ਮਰਜੀ ਅੰਬਾਰ ਲਗਾ ਲੈ ਜਾਣਾ ਤਾਂ ਨੰਗੇ ਨੂੰ ਹੀ ਪਹਿਣਾ ਤੇ ਹੋ ਸਕਦਾ ਜਦੋਂ ਮਰੇ ਤੈਨੂੰ ਇੱਕ ਕਫਨ ਵੀ ਨਸੀਬ ਬਣਾਵੇ ਤੇ ਆਪਣੀ ਧਨ ਦੌਲਤ ਦੇ ਹੰਕਾਰ ਕਰਕੇ ਦੂਜਿਆਂ ਦਾ ਬੁਰਾ ਕਰਨ ਦੀ ਬਜਾਏ ਉਸੇ ਹੀ ਧਨ ਦੌਲਤ ਤੋਂ ਚੰਗਾ ਵੀ ਕਿਸੇ ਦਾ ਕਰ ਸਕਦਾ ਉਸੇ ਹੀ ਧਨ ਦੌਲਤ ਤੋਂ ਕਿਸੇ ਦਾ ਸਵਾਰ ਵੀ ਸਕਦਾ ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ ਕੋਈ ਇਨਸਾਨ ਬਹੁਤ ਤਾਕਤਵਰ ਹੋ ਜਾਏ ਤੇ ਉਹ ਆਪਣੀਆਂ ਫੌਜਾਂ ਉਤੇ ਤੇ ਬਹੁਤ ਵੱਡੇ ਵੱਡੇ ਲਸ਼ਕਰ ਉਤੇ ਆਸਾਂ ਲਗਾ ਕੇ ਰੱਖੇ ਵੀ ਮੈਂ ਇਹਨਾਂ ਦੇ through ਦੇਸ਼ ਜਿੱਤ ਸਕਦਾ ਬੜਾ ਕੁਝ ਕਰ ਸਕਦਾ ਪਲ ਭੀਤਰ ਤਾਂ ਕਾ ਹੋਏ ਵਿਨਾਸ਼ ਪਰ ਇੱਕ ਪਲਕ ਚਪਕਣ ਦੇ ਪਲਕ ਚਪਕਣ ਜਿੰਨੇ ਸਮੇਂ ਵਿੱਚ ਪਲ ਭੀਤਰ ਤਾਂ ਕਾ ਹੋਏ ਵਿਨਾਸ਼ ਪਲਕ ਜਿਹੜੀ ਆਪਾਂ ਚਪਕਦੇ ਹਾਂ ਕਹਿੰਦੇ ਇੰਨੇ ਕੁ ਸਮੇਂ ਵਿੱਚ ਐਡੇ ਵੱਡੇ ਲਸ਼ਕਰਾਂ ਦਾ ਟੈਸ਼ ਨੈਸ਼ ਕਰ ਸਕਦਾ ਪਰਮਾਤਮਾ ਇਹ ਰੱਬ ਦੀ ਤਾਕਤ ਦਿਖਾਈ ਬੰਦੀ ਨੂੰ ਐਵੇਂ ਹੰਕਾਰ ਵਿੱਚ ਆ ਕੇ ਫੁੱਲਿਆ ਨਾ ਫਿਰ ਉਹ ਕੁਝ ਵੀ ਕਰ ਸਕਦਾ ਕਿ ਫੇ ਕਾਦਾ ਹੰਕਾਰ ਕਰਨਾ ਕਿਉਂ ਹੰਕਾਰ ਕਰਨਾ ਸਮੇਂ ਦਾ ਤੇ ਭਲੇ ਉਹ ਵਾਕਈ ਕਿਸੇ ਦਾ ਵੀ ਨਹੀਂ ਪਤਾ ਕਿ ਕਦੋਂ ਮਰ ਮੁੱਕ ਜਾਣਾ ਫਿਰ ਛੋਟੀਆਂ ਛੋਟੀਆਂ ਚੀਜ਼ਾਂ ਦੇ ਕਰਕੇ ਅਸੀਂ ਲੜਾਈਆਂ ਝਗੜੇ ਪਾ ਕੇ ਬਹਿ ਜੰਨੇ ਆ ਮੂੰਹ ਵਟ ਕੇ ਇੱਕ ਦੂਜੇ ਨਾਲ ਬਹਿ ਜੰਨੇ ਆ ਹੰਕਾਰ ਕਰਦੇ ਫਿਰਦੇ ਆ ਸੋ ਭਾਈ ਚਾਰਕ ਸਾਂਝ ਬਣਾ ਕੇ ਰੱਖੋ ਤੇ ਮਾਲਕ ਨੂੰ ਯਾਦ ਰੱਖੋ ਜਿਨੇ ਸਾਨੂੰ ਪੈਦਾ ਕੀਤਾ ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ ਨਾ ਸਤਿਗੁਰ ਕਹਿੰਦੇ ਸਭ ਤੇ ਆਪ ਜਾਣੈ ਬਲਵੰਤ ਮਨੁੱਖ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਦਾ ਜੇਕਰ ਕੋਈ ਇਨਸਾਨ ਸਮਝੇ ਵੀ ਮੈਂ ਬਹੁਤ ਵੱਡਾ ਤਾਕਤਵਾਰਾਂ ਤੇ ਬਈ ਬਾਕੀ ਤਾਂ ਸਾਰੇ ਐਵੇਂ ਪੈ ਦੇਖਾਂ ਦੀ ਮੈਂ ਗੱਲ ਕਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਖੜਾ ਹੋ ਗਿਆ ਮੁਗਲ ਫੌਜਾਂ ਨੇ ਸੋਚਿਆ ਬੀ ਪੈਂਦੇਖਾਂ ਇੱਕ ਬੜਾ ਵੱਡਾ ਤਾਕਤਵਰ ਇਨਸਾਨ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾ ਇਹਨਾਂ ਨੂੰ ਖਤਮ ਜੇਕਰ ਪੈਂਦੇਖਾਂ ਨੇ ਕਰ ਦਿੱਤਾ ਨਾ ਤੇ ਪੂਰੀ ਸੇ ਕੌਮ ਹੀ ਖਤਮ ਹੋ ਜਾਏਗੀ ਪੈਂਦੇਖਾਂ ਦਾ ਵਾਰਕ ਤੇ ਖਾਲੀ ਨਹੀਂ ਸੀ ਜਾਂਦਾ ਇਹਨਾਂ ਤਾਕਤਵਰ ਬੰਦਾ ਸੀ ਇਹਨਾਂ ਗੁੱਜਾ ਨਿਸ਼ਾਨਾ ਲਗਾਉਂਦਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾ ਤੇ ਪੈਂਦੇਖਾਂ ਆਮੋ ਸਾਹਮਣੇ ਹੈ ਬੰਦੇ ਖਾਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਹਾ ਅਸੀਂ ਫੌਜਾਂ ਲੜਾ ਕੇ ਨਹੀਂ ਮਾਰਨੀ ਆ ਅਸੀਂ ਆਪਸ ਵਿੱਚ ਵੇਖ ਲੈਨੇ ਆ ਤੇ ਕਲਗੀਆਂ ਵਾਲੇ ਨੇ ਇਸ਼ਾਰਾ ਕੀਤਾ ਵੀ ਠੀਕ ਹੈ ਆ ਜਾ ਬਈ ਪਰ ਪਹਿਲਾ ਵਾਰ ਤੂੰ ਕਰ ਲੈ ਕਿਤੇ ਤੇਰੀ ਮਨਸਾ ਹੀ ਨਾ ਮਨਚੇ ਰਹਿ ਜਾਏ ਕਿਤੇ ਤੇਰੀ ਮਨ ਕੀ ਮਨ ਹੀ ਮਾਹੀ ਰਹੀ ਉਹ ਨਾ ਬਣ ਜਾਈ ਗੱਲ ਮਨ ਵਿੱਚ ਹੀ ਨਾ ਰਹਿ ਜਾਏ ਤੇਰੇ ਵੀ ਮਾਰ ਹੀ ਨਹੀਂ ਕਰ ਸਕਿਆ ਜਿਉ ਡਿੱਗਣਾ ਤੂੰ ਜ਼ਮੀਨ ਤੇ ਤੇ ਸਤਿਗੁਰੂ ਜੀ ਦੇ ਉੱਤੇ ਉਹਨੇ ਤੀਰ ਚਲਾਇਆ ਵਾਰ ਕੀਤਾ ਤੇ ਫੌਜਾਂ ਕਹਿੰਦੀਆਂ ਨੇ ਲਓ ਜੀ ਲੱਕ ਟੁੱਟਣ ਲੱਗਾ ਸਿੱਖ ਕੌਮ ਦਾ ਗੁਰੂ ਗੋਬਿੰਦ ਸਿੰਘ ਤਾਂ ਗਏ ਤੀਰ ਇੱਕ ਚਲਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਤੀਰ ਨੂੰ ਆਪਣੇ ਤਲਵਾਰ ਦੀ ਨੋਕ ਦੇ ਨਾਲ ਰੋਕਦੇ ਨੇ ਉਹਦੇ ਤੋਂ ਬਾਅਦ ਇਤਿਹਾਸਕਾਰ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਵਾਰ ਕਰਦੇ ਨੇ ਪੈੰਦੇਖਾਂ ਪੂਰਾ ਕੱਜਿਆ ਆ ਸੰਜੋਬ ਪਾਈ ਸੀ ਉਹਨੇ ਚਿਹਰਾ ਵੀ ਸਾਰਾ ਕੱਜਿਆ ਆ ਪੂਰਾ ਕੱਜਿਆ ਤੇ ਕਹਿੰਦੇ ਨੇ ਕਿੱਥੇ ਤੀਰ ਮਾਰੋਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਤੀਰ ਮਾਰਿਆ ਕੰਨ ਦੇ ਵਿੱਚ ਆਉ ਜ਼ਮੀਨ ਤੇ ਜਾ ਕੇ ਡਿੱਗਾ ਕਾਦਾ ਹੰਕਾਰ ਹੰਕਾਰੀ ਹੋ ਕੇ ਆਇਆ ਇਹ ਸੋਚ ਕੇ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰ ਦੇਣਾ ਵੀ ਮੈਂ ਸਿੱਖ ਕੌਮ ਦਾ ਲੱਕ ਤੋੜ ਦੇਣਾ ਕੋਈ ਨਹੀਂ ਮਾਰ ਸਕਦਾ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੋ ਸੱਚੇ ਪਾਤਸ਼ਾਹ ਨੇ ਇਹੀ ਗੱਲਾਂ ਸਾਨੂੰ ਸਮਝਾਈਆਂ ਨੇ ਕਿ ਪਿਆਰਿਓ ਬਹੁ ਲਸ਼ਕਰ ਮਾਨਕ ਉਪਰ ਕਰਿਆਸ ਪਲ ਭੀਤਰ ਤਾਂਕਾ ਹੋਏ ਬినాਸ਼ ਸਭ ਤੇ ਆਪ ਜਾਣੈ ਬਲਵੰਤ ਜੇਕਰ ਕੋਈ ਆਪਣੇ ਆਪ ਨੂੰ ਜ਼ਿਆਦਾ ਹੀ ਮਹਾਨ ਸਮਝੇ ਪੈਂਦੇਖਾਂ ਵਾਂਗੂ ਤੇ ਖਿੰਮੈ ਹੋਏ ਜਾਏ ਪਸਮੰਤ ਰੱਬ ਫਿਰ ਐਸੀ ਕਲਾ ਵਰਤੋਂਦਾ ਇੱਕ ਮਿੰਟ ਨਹੀਂ ਲੱਗਦਾ ਕਿ ਉਹਨੂੰ ਸਵਾਹ ਬਣਾ ਕੇ ਉਹ ਸੁੱਟ ਦਿੰਦਾ ਇੱਕ ਮਿੰਟ ਦੇ ਵਿੱਚ ਸਵਾਦੀ ਠੇਰੀ ਬਣਾ ਕੇ ਸੁੱਟ ਦਿੰਦਾ ਕਿਸੇ ਨਾ ਬਧਾ ਆਪ ਹੰਕਾਰੀ ਜਿਹੜਾ ਬੰਦਾ ਆਪ ਇਤਨਾ ਹੰਕਾਰੀ ਹੋ ਜਾਏ ਕਿ ਕਿਸੇ ਦੀ ਪਰਵਾਹ ਹੀ ਨਾ ਕਰਿਓ ਬਧਾ ਪਰਵਾਹ ਹੀ ਨਾ ਕਰੇ ਉਹ ਸੁਣੇ ਹੀ ਨਾ ਕਿਸੇ ਹੋਰ ਦੀ ਇੰਨਾ ਹੰਕਾਰੀ ਹੋ ਜਾਏ ਕਾ ਇਹ ਮੈਨੂੰ ਨਹੀਂ ਪਰਵਾਹ ਕਿਸੇ ਦੀ ਮੈਂ ਨਹੀਂ ਕਿਸੇ ਤੋਂ ਡਰਦਾ ਇੱਕ ਇਹ ਪਰਵਾਹ ਇੱਕ ਪਰਵਾਹ ਹੈ ਜਿਹੜੇ ਗੁਰਮਖ ਕਰਦੇ ਨੇ ਉਹ ਰੱਬ ਦੀ ਕਰਦੇ ਨੇ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਤ ਸੱਚੀ ਨਾ ਉਹ ਕਹਿੰਦੇ ਸਾਨੂੰ ਰੱਬ ਦੀ ਪਰਵਾਹ ਅਸੀਂ ਬੰਦਿਆਂ ਦੀ ਪਰਵਾਹ ਨਹੀਂ ਕਰਦੇ ਬੰਦਿਆਂ ਅੱਗੇ ਨਹੀਂ ਝੁਕਦੇ ਸਾਡਾ ਇਤਿਹਾਸ ਪੂਰਾ ਪੜਿਆ ਪਿਆ ਜ਼ੁਲਮ ਅੱਗੇ ਨਹੀਂ ਝੁਕਣਾ ਤੇ ਜ਼ਾਲਮ ਦਾ ਡਟ ਕੇ ਵਿਰੋਧ ਕਰਨਾ ਜੇ ਪ੍ਰਵਾਹ ਕਰਨੀ ਤੇ ਵਾਹਿਗੁਰੂ ਦੀ ਆਪਣੇ ਗੁਰੂ ਦੀ ਕਰਨੀ ਬੰਦਿਆਂ ਦੀ ਪ੍ਰਵਾਹ ਨ ਕਰਨੀ ਇੱਕ ਤਾਂ ਉਹ ਹੈ ਇੱਕ ਉਹ ਬੰਦਾ ਜਿਹੜਾ ਵੈਸੀ ਹੰਕਾਰੀ ਹੋ ਕੇ ਨਾ ਕਿਸੇ ਦੀ ਪ੍ਰਵਾਹ ਕਰੇ ਮਾਂ ਬਾਪ ਦੀ ਵੀ ਇੱਜ਼ਤ ਨਾ ਕਰੇ ਭੈਣ ਭਾਈ ਦੀ ਇੱਜ਼ਤ ਨਾ ਕਰੇ ਕਿਸੇ ਦੀ ਇੱਜ਼ਤ ਨਾ ਕਰੇ ਗੁਰੂ ਦੀ ਵੀ ਇੱਜ਼ਤ ਨਾ ਕਰੇ ਪਰ ਇਹੋ ਜਿਹੇ ਬੰਦੇ ਦਾ ਹਸ਼ਰ ਪਤਾ ਕੀ ਹੁੰਦਾ ਗੁਰਬਾਣੀ ਕੀ ਕਹਿੰਦੀ ਹੈ ਕਿਸੇ ਨਾ ਬਦੈ ਕਿਸੇ ਦੀ ਪ੍ਰਵਾਹ ਨ ਕਰੇ ਆਪ ਹੰਕਾਰੀ ਹੰਕਾਰ ਹੋ ਕੇ ਹੰਕਾਰ ਦੇ ਵਸ ਵਿੱਚ ਹੋ ਕੇ ਕਹੇ ਮੈਂ ਮਹਾਨ ਆ ਰੱਬ ਹੋ ਗਿਆ ਧਰਮ ਰਾਏ ਤਿਸ ਕਰੇ ਖੁਵਾਰੀ ਧਰਮ ਰਾਏ ਪਾਵ ਰੱਬੀ ਕਾਨੂੰਨ ਪਰ ਰੱਬੀ ਕਾਨੂੰਨ ਉਸ ਬੰਦੇ ਦੀ ਮਿੱਟੀ ਪੁਲੀਤ ਕਰਦਾ ਕਰੇ ਖਵਾਰਿ ਖਵਾਰ ਕਰ ਦਿੰਦਾ ਰੱਬ ਦਾ ਕਾਨੂੰਨ ਧਰਮ ਰਾਜ ਮਿੱਟੀ ਪੁਲੀਤ ਕਰ ਦਿੰਦਾ ਕਈ ਵਾਰ ਇਹ ਮਿੱਟੀ ਦੇ ਨਾਲ ਉਹ ਇਨਸਾਨ ਮਲਾ ਦਿੱਤੇ ਜਾਂਦੇ ਨੇ ਜਿਹੜੇ ਇਨਸਾਨ ਆਪਣੀ ਹੰਕਾਰ ਵਿੱਚ ਆ ਕੇ ਕਹਿੰਦੇ ਅਸੀਂ ਬੜੇ ਮਹਾਨ ਹੋ ਗਏ ਆ ਆਪ ਵੇਖ ਲਓ ਵੱਡੇ ਵੱਡੇ ਰਾਜੇ ਵੱਡੇ ਵੱਡੇ ਸੁਲਤਾਨ ਬਾਦਸ਼ਾਹ ਕਬਰਾਂ 'ਚ ਸੁੱਤੇ ਪਏ ਕਬਰਾਂ 'ਚ ਸੁੱਤੇ ਪਏ ਇਸ ਲਈ ਬਾਬਾ ਫਰੀਦ ਸਾਹਿਬ ਨੇ ਕਿਹਾ ਸੀ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇਡ ਨਾ ਕੋਏ ਜੀਵਨ ਦੇਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਜਿਉਂਦਿਆਂ ਪੈਰਾਂ ਦੇ ਥੱਲੇ ਤੇ ਜਦੋਂ ਮਰ ਜਾਂਦੇ ਆ ਸਾਡੀ ਉੱਤੇ ਹੁੰਦੀ ਐ ਹਰ ਬੰਦੇ ਨੇ ਜ਼ਮੀਨ ਦੇ ਵਿੱਚ ਚਲੇ ਜਾਣਾ ਇੱਕ ਦਿਨ ਮਿੱਟੀ ਐ ਮਿੱਟੀ ਵਿੱਚ ਰਲ ਜਾਣੀ ਤੇ ਕਿਉਂ ਇਸ ਮਿੱਟੀ ਤੋਂ ਅਸੀਂ ਐਨਾ ਹੰਕਾਰੀ ਹੋ ਕੇ ਆਪਣੇ ਜੀਵਨ ਦੀ ਖੁਆਰੀ ਕਰਦੇ ਰਹਿੰਨੇ ਆ ਜਿੰਨਾ ਕੋ ਟਾਈਮ ਪਿਆਰਿਓ ਇਸ ਜ਼ਿੰਦਗੀ ਦਾ ਮਿਲਦਾ ਉਸ ਟਾਈਮ ਦੇ ਵਿੱਚ ਗੁਰੂ ਗੁਰੂ ਕਰੋ ਪ੍ਰਮਾਤਮਾ ਦਾ ਨਾਮ ਜਪੋ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਓ ਚੰਗੇ ਨੇਕ ਕੰਮ ਕਰੋ ਤੇ ਇਸ ਲਾਈਫ ਨੂੰ ਇੰਜੋਏ ਕਰਕੇ ਜਾਓ ਕਦੇ ਕਿਸੇ ਦਾ ਦਿਲ ਨਾ ਦੁਖਾਓ ਕਦੇ ਕਿਸੇ ਦਾ ਬੁਰਾ ਨਾ ਕਰੋ ਸਬਣਾ ਦਾ ਭਲਾ ਕਰੋ ਕਿਸੇ ਨਾਲ ਬੇਈਮਾਨੀ ਨਾ ਕਰੋ ਕਿਸੇ ਦਾ ਖੋਹ ਕੇ ਨਾ ਖਾਓ ਹੋ ਸਕੇ ਤੇ ਆਪਣੇ ਹੱਥੋਂ ਕਿਸੇ ਗਰੀਬ ਦਾ ਢਿੱਡ ਭਰ ਦਿਓ ਤਾਂ ਹੀ ਜ਼ਿੰਦਗੀ ਸਫਲ ਹੈ ਨਹੀਂ ਤਾਂ ਕੀ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਲੜਾਈਆਂ ਝਗੜਿਆਂ ਚੇਪੇ ਆਪਣੇ ਹੁਕਮ ਮਨਾਉਣ ਦੇ ਪਿਛੇ ਚੱਕਰਾਂ ਦੇ ਵਿੱਚ ਪਏ ਅਸੀਂ ਆਪਣੀਆਂ ਜ਼ਿੰਦਗੀਆਂ ਬਰਬਾਦ ਕਰਦੇ ਹਾਂ ਹੋਰ ਨਾਲ ਦੀਆਂ ਵੀ ਬਰਬਾਦ ਕਰ ਜਾਂਦੇ ਹਾਂ ਬਾਪੂ ਜੀ ਅੱਗੇ ਕਹਿੰਦੇ ਨੇ ਗੁਰ ਪ੍ਰਸਾਦ ਜਾਂ ਕਾ ਮਿਟੈ ਅਬਮਾਨ ਸਤਿਗੁਰੂ ਦੀ ਕਿਰਪਾ ਨਾਲ ਜਿਸ ਇਨਸਾਨ ਦਾ ਹੰਕਾਰ ਖਤਮ ਹੋ ਜਾਏ ਇਹ ਗੁਰੂ ਹੀ ਹੈ ਜਿਹੜਾ ਕਿਰਪਾ ਕਰਕੇ ਤੇ ਹੰਕਾਰ ਖਤਮ ਕਰਦਾ ਹੈ ਨਿਤ ਸਾਡੀ ਤਬੀਅਤ ਤਾਂ ਐਨੀ ਵਿਗੜੀ ਐ ਅਸੀਂ ਤਾਂ ਰੱਬ ਨੂੰ ਜਿਹੜਾ ਉਹ ਸ਼ਾਲਾ ਮਾਰਦੇ ਆ ਨਿਤ ਅਸੀਂ ਇੰਨੇ ਹੰਕਾਰੀ ਹੋ ਗਏ ਆ ਕਿ ਅਸੀਂ ਰੱਬ ਤੋਂ ਉੱਤੇ ਜਾ ਜਾ ਕੇ ਸ਼ਾਲਾ ਮਾਰਦੇ ਆ ਤੇ ਆਸਾ ਦੀ ਬਾਣੀ ਪਤਾ ਕੀ ਕਹਿੰਦੀ ਐ ਜੀ ਸਬਣੀ ਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਆਪਾਂ ਇਹ ਸਮਝਦੇ ਆ ਹੰਕਾਰ ਦੇ ਵਸ ਵਿੱਚ ਹੋ ਕੇ ਕੋਈ ਇਨਸਾਨ ਕਦੇ ਸੁਖੀ ਨਹੀਂ ਰਹਿੰਦਾ ਪਿਆਰੇ ਸਤਿਗੁਰੂ ਦਾ ਬਚਨ ਪੱਲੇ ਬੰਨੇ ਹੋ ਗੁਰਪ੍ਰਸਾਦ ਜਾਂਕਾ ਮਟੈ ਅਬਮਾਨ ਸੋ ਜਨ ਨਾਨਕ ਦਰਗਾ ਪ੍ਰਮਾਨ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਭਲਿਓ ਉਹੀ ਇਨਸਾਨ ਕਬੂਲ ਚੜਦੇ ਨੇ ਜਿਨ੍ਹਾਂ ਦਾ ਹੰਕਾਰ ਖਤਮ ਹੋ ਜਾਏ ਗੁਰੂ ਦੀ ਹਜ਼ੂਰੀ ਦੇ ਵਿੱਚ ਉਹੀ ਕਬੂਲ ਨੇ ਜਿਨ੍ਹਾਂ ਦਾ ਹੰਕਾਰ ਖਤਮ ਹੋ ਜਾਏ ਗੁਰੂ ਨੂੰ ਉਹੀ ਪ੍ਰਵਾਨ ਨੇ ਜਿਹੜੇ ਆਪਣੀ ਹਉਮੈ ਈਗੋ ਦਾ ਤਿਆਗ ਕਰ ਦੇਣ ਕਿਉਂਕਿ ਸਤਗੁਰੂ ਨੇ ਆਪਣੀ ਪਾਵਨ ਬਾਣੀ ਵਿੱਚ ਇੱਕ ਜਗ੍ਹਾ ਤੇ ਆਖਿਆ ਮੇਰੇ ਮਨ ਤਜ ਨਿੰਦਾ ਹਉ ਮੈਂ ਹੰਕਾਰ ਏ ਮੇਰਿਆਂ ਮਨਾ ਨਿੰਦਾ ਛੱਡਦੇ ਹਉ ਮੈਂ ਛੱਡਦੇ ਹੰਕਾਰ ਛੱਡਦੇ ਮੇਰੇ ਮਨ ਤਜ ਨਿੰਦਾ ਹਉ ਮੈਂ ਹੰਕਾਰ ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਇਕੰਕਾਰ ਪਿਆਰਿਆ ਆਪਣੀ ਜਿੰਦ ਦੇ ਨਾਲ ਕਿਸੇ ਦਾ ਭਲਾ ਕਰ ਰੱਬ ਦਾ ਨਾਮ ਜਪ ਰੱਬ ਦੇ ਪਾਸੇ ਵੱਲ ਹੋ ਕੇ ਤੁਰ ਕਿਉਂਕਿ ਇਨ੍ਹਾਂ ਚੀਜ਼ਾਂ ਦੇ ਨਾਲ ਜ਼ਿੰਦਗੀ ਸੋਹਣੀ ਨਹੀਂ ਨਰਕ ਬਣਦੀ ਹੈ ਗੁਰਮੁਖ ਅਹੰਕਾਰ ਜਲਾਏ ਦੋਈ ਜਿਹੜਾ ਗੁਰਮੁਖ ਹੈ ਗੁਰੂ ਦੇ ਵੱਲ ਜੁੜਿਆ ਹੋਇਆ ਇਨਸਾਨ ਹੈ ਨਾ ਉਹ ਹੰਕਾਰ ਅਤੇ ਦੋਈ ਦੁਬੈ ਭਾਵ ਕੇ ਦੁਬਦਾ ਵਾਲਾ ਜਿਹੜਾ ਸੁਭਾ ਇਹਨਾਂ ਦੋਨਾਂ ਦਾ ਨਾਸ਼ ਕਰ ਦਿੰਦਾ ਇਹਨਾਂ ਨੂੰ ਸਾੜ ਦਿੰਦਾ ਇਸੇ ਪੌੜੀ ਦੇ ਵਿੱਚ ਸਤਿਗੁਰੂ ਨੇ ਸਾਨੂੰ ਜਿਹੜੀ ਗੱਲ ਸਮਝਾਈ ਹੈ ਉਹ ਬੜੀ ਕਮਾਲ ਦੀ ਹੈ ਇਹ ਸਮਝਾਈ ਹੈ ਕਿ ਭਲਿਓ ਇਹ ਜ਼ਿੰਦਗੀ ਵਾਕਈ ਬਹੁਤ ਬੇਸ਼ਕੀਮਤੀ ਹੈ ਗੁਰੂ ਦੇ ਨਾਲ ਜੁੜ ਕੇ ਰੋ ਹਉਮੈ ਹੰਕਾਰ ਦਾਓ ਤਿਆਗ ਰਿਏ ਕਿਉਂਕਿ ਸਤਿਗੁਰੂ ਨੇ ਖੁਦ ਵੀ ਤਾਂ ਕਿਹਾ ਹੈ ਆਪਣੀ ਪੌਣ ਬਾਣੀ ਦੇ ਵਿੱਚ ਅੰਗ ਤੋਰੋ ਮੁਖ ਜੋੜੋ ਹਉਮੈ ਨੂੰ ਛੱਡੋ ਹੰਕਾਰ ਨੂੰ ਛੱਡੋ ਤੇ ਮੇਰੇ ਨਾਲ ਜੁੜੋ ਜੇ ਗੁਰੂ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹਨਾਂ ਚੀਜ਼ਾਂ ਦਾ ਕੋਈ ਵੀ ਫਾਇਦਾ ਨਹੀਂ ਕਿਉਂਕਿ ਗੁਰਬਾਣੀ ਦੇ ਮੁਤਾਬਕ ਕਿ ਜ਼ਿੰਦਗੀ ਬਹੁਤ ਬੇਸ਼ਕੀਮਤੀ ਹੈ ਬੜੀ ਹੀ ਕਮਾਲ ਦੀ ਹੈ ਇਹਨੂੰ ਜਿਉਣਾ ਹੈ ਚੱਜ ਸਵਾਰ ਨਾਲ ਚੰਗੀ ਤਰ੍ਹਾਂ ਤੇ ਰੱਜ ਕੇ ਜੀਉ ਕੇ ਜਾਣਾ ਐਵੇਂ ਖਾਲੀ ਹੱਥ ਦੁਨੀਆ ਤੋਂ ਚਲੇ ਜਾਣਾ ਕੀ ਫਾਇਦਾ ਜੇ ਆਏ ਆ ਤੇ ਚੰਗੇ ਕੰਮ ਕਰਕੇ ਜਾਓ ਫਿਰ ਮੈਂ ਗੱਲ ਕਹਿ ਦਵਾਂ ਜੇ ਤੁਹਾਡੇ ਕੋਲ ਪਾਵਰ ਹੈ ਸ਼ਕਤੀ ਹੈ ਤਾਕਤ ਹੈ ਕੋਈ ਵੀ ਰਤਬਾ ਹੈ ਤਾਂ ਉਹਦੇ ਤੋਂ ਕਿਸੇ ਦਾ ਫਾਇਦਾ ਕਰ ਦੋ ਕਿਸੇ ਦਾ ਲਾਭ ਕਰਾਓ ਕਦੀ ਕਿਸੇ ਦਾ ਨੁਕਸਾਨ ਨਾ ਕਰੋ ਸੋ ਇਤਨੀਆ ਬੇਨਤੀਆਂ ਸਵਾਰ ਕਰਣੀਆਂ ਜੀ ਭੁੱਲ ਚੁੱਕ ਦੀ ਖਿਮਾ ਸਤਿਗੁਰੂ ਜੀ ਕਿਰਪਾ ਕਰਨ ਇਹ ਜਿਹੜੀ ਗੁਰਬਾਣੀ ਦੀ ਵਿਚਾਰ ਹੈ ਸਾਡੇ ਪੱਲੇ ਪਵੇ ਤੇ ਗੁਰੂ ਦੀਆਂ ਜਿਹੜੀਆਂ ਬਾਤਾਂ ਨੇ ਉਹਦੇ ਮੁਤਾਬਕ ਆਪਣਾ ਜੀਵਨ ਢਾਲ ਕੇ ਅਸੀਂ ਸਤਿਗੁਰੂ ਦੇ ਚਰਨਾਂ ਤੋਂ ਕੁਰਬਾਨ ਜਾ ਸਕੀਏ ਤੇ ਇਸ ਜੀਵਨ ਨੂੰ ਸਫਲ ਕਰਕੇ ਅਸੀਂ ਜਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ